ਖਬਰ ਮਲੋੜ ਤੋਂ ਆ ਰਹੀ ਹੈ ਜਿੱਥੇ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰੇਲਵੇ ਸਟੇਸ਼ਨ ਅਤੇ 2 ਪੈਟਰੋਲ ਪੰਪਾਂ ਨੂੰ ਅੱਗ ਲਗਾਉਣ ਵਾਲੇ 8 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਲੋੜ ਪੁਲਿਸ ਨੇ ਅੱਗਜਨੀ ਮਾਮਲੇ ਵਿੱਚ ਕੁੱਲ 21 ਲੋਕਾਂ ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਸੀਸੀਟੀਵੀ ਫੁਟੇਜ ਅਤੇ ਹੋਰ ਗਵਾਹਾਂ ਦੀ ਮਦਦ ਨਾਲ 8 ਦੋਸ਼ੀ ਪੁਲਿਸ ਦੇ ਕਾਬੂ ਆ ਗਏ ਨੇ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੋਸ਼ੀਆਂ ਨੂੰ ਹਿੰਸਾ ਕਰਨ ਦੇ ਆਰਡਰ ਡੇਰੇ ਵੱਲੋਂ ਆਏ ਸਨ। ਫਿਲਹਾਲ ਇਸ ਗੱਲ ਦੀ ਪੂਰੀ ਛਾਣਬੀਨ ਕੀਤੀ ਜਾ ਰਹੀ ਹੈ। ਜ਼ਿੰਮੇਵਾਰਾਂ ਨੇ ਮਤਲਬ ਕਿ ਸਾਨੂੰ ਅੱਗੇ ਆਖਿਆ ਸੀ ਬਈ ਉਹ ਸਾਨ ਸਾਨੂੰ ਆ ਕੇ ਉਹਨਾਂ ਨੇ ਵੀ ਐਂ ਕਰਨਾ ਜੇ ਕੋਈ ਮਾਮਲਾ ਵਿਰੁੱਧ ਹੁੰਦਾ ਅਤੇ ਤੁਸੀਂ ਵੀ ਇਸ ਤਰੀਕੇ ਨਾਲ ਕੰਮ ਕਰ ਪਰ ਜੱਸਾ ਵੀ ਸਰ ਸਾਡੇ ਗਰੁੱਪ 'ਚ ਹੋਰ ਬਸ ਕੋਈ ਇੱਕ ਵੀ 45 ਮੈਂਬਰ ਸੀਗਾ ਗੁਰਦਾਸ ਜੀ ਅਤੇ ਇੱਕ ਵਿੰਦਰ ਪਾਲ ਬਿੱਟੂ ਜੀ ਅੱਛਾ ਜੀ ਬਸ ਆਹ ਦੋ ਇਹ ਜਿਹੜੇ ਦੋਸ਼ੀ ਜਿਹੜੇ ਟੋਟਲ ਜਿਹੜੇ ਸੀ ਇਹ 19-20 ਬੰਦਿਆਂ ਦਾ ਗਰੁੱਪ ਸੀ ਜਿਹਨਾਂ ਮੋਟਰਸਾਈਕਲਾਂ ਜਾ ਕੇ ਵੱਖ ਵੱਖ ਥਾਂ 'ਤੇ ਅੱਗਾਂ ਲਾਈਆਂ ਇਹਨਾਂ ਨੇ ਉਹ ਸਾਰੇ ਅਸੀਂ ਨਾਮਜ਼ਦ ਕਰ ਲਿਆ। ਦੂਜੇ ਦੋਸ਼ੀ ਵੀ ਕੁਛ 2-4 ਦਿਨਾਂ 'ਚ ਅਸੀਂ ਸਾਰੇ ਫੜ ਲਾਂਗੇ ਜਿਹੜੇ ਬਾਕੀ ਰਹਿ ਗਏ। ਉਹਨਾਂ ਨੇ ਅਸੀਂ ਅਰੈਸਟ ਕੀਤਾ ਗੁਰਦਾਸ ਸਿੰਘ 45 ਮੈਂਬਰੀ ਕਮੇਟੀ ਦਾ ਜਿਹੜਾ ਇਹਨਾਂ ਦਾ ਪਲੈਨਰ ਸੀ ਜਿਹੜਾ ਇਹਨਾਂ ਮੀਟਿੰਗਾਂ ਕਰਦਾ ਸੀ ਜਿਹੜਾ ਪਹਿਲਾਂ ਇਹਨੂੰ ਲਾਮਬੰਦ ਕੀਤਾ ਜੀ ਨੇ ਵੀ ਆਪਾਂ ਜੇ ਵਰਡਟ ਜਿਹੜਾ ਅਗੇਨਸਟ ਆਉਂਦਾ ਤਾਂ ਅਸੀਂ ਉਹ ਆ ਧਮਾਕੇ ਕਰਾਂਗੇ। ਇਹਨਾਂ 'ਚ ਅਸੀਂ ਜਿਹੜਾ ਬੰਦਾ ਅਰੈਸਟ ਕੀਤਾ ਜੱਸਾ ਸਿੰਘ ਭੰਗੀਦਾਸ ਹੈ ਇਹ ਮਲੋੜ ਦਾ, ਉਹ ਉਹਨੇ ਸਾਰਾ ਪਹਿਲਾਂ ਇਹਦੇ ਟਰਾਇਲ ਕਰਕੇ ਵੇਖੇ ਪੈਟਰੋਲ ਬੋਤਲ ਬੰਬ ਬਣਾਏ ਇਹਨਾਂ ਟਰਾਇਲ ਕਰਕੇ ਵੇਖਿਆ ਇਹਨਾਂ ਨੇ ਅਤੇ ਉਹ ਜਿਹੜੇ ਮੇਨ ਪੈਨਰ ਸੀ ਜਿਹੜੇ ਅਸੀਂ ਅਰੈਸਟ ਕੀਤੇ ਹੈ। ਗਿੱਦੜਬਾਹਾ ਤੋਂ ਸੋਨੀ ਢਿੱਲਾ, ਖਬਰ ਹਰਪਲ ਇੰਡੀਆ ਰੇਡੀਓ।